हेलो मैम, जीन्स लेनी है सी साइड। जीन्स लेनी सी भाई जी, पीछे ठीक है। भाई सत श्रीकाल जी। सत श्रीकाल जी। भाई जी जीन लेनी सी मैं। ओ मुंडे नाल गल करो यार। मेरे जीन लेनी सी की। मैं तो आप लेना है भाई। वो तो आप लेना है भाजी। ਕਿੱਥੇ ਗਿਆ? ਹਾਂ ਜੀ ਭਾਜੀ ਦੱਸੋ, ਜੀਨ ਲੈਣੀ ਸੀ। ਜੀਨ ਦਿਖਾਓ ਨਾ ਤੁਸੀਂ। ਹਾਂ ਜੀਨ ਸਰ, ਆਪਣੇ ਕੋਲ ਸਾਰੀਆਂ ਹੈਗੀਆਂ ਨੇ। ਤੇ ਕਿੰਨੀ ਵੇਸ ਆਪਣੀ ਜੀਨਸ? ਆਪਣੀ ਕੋਲ ਬਹੁਤ ਨੇ ਜੀ। ਆ ਦੇਖੋ ਲੇਡੀਜ਼ ਜੀਨ। ਨਹੀਂ ਭਾਜੀ, ਇਹ ਤਾਂ ਨਾ ਜੀਨ ਕਿਉਂ ਜੀਨ? ਦੇਖੋ ਜੀ, ਉਹ ਕਹਿੰਦੇ ਆ ਨਾ ਵੀ ਪਹਿਲਾਂ ਹੁੰਦਾ ਸੀ ਸਾਨੂੰ ਜੀਨ ਕਿਉਂ ਨਹੀਂ ਦੇ ਰਿਹਾ ਤੂੰ? ਮੈਨੂੰ ਗਰਮੀਆਂ ਨੇ, ਗਰਮੀਆਂ ਦੇ ਵਿੱਚ ਸਟੇਟ ਜੀਨ ਪਾ ਕੇ ਇਹ ਫੀਲ ਆ। ਤੁਸੀਂ ਮੈਨੂੰ ਜੀਨ ਦੇ ਦਿਓ। ਕੋਈ ਚੇਂਜ ਕਰਾ ਦਿੰਦੇ ਆਪਾਂ? ਨਹੀਂ ਬਾਜੀ, ਰੁਕ ਜਾਂਦੀ ਹੈ ਨਾ ਕੋਈ। ਦੇਖੋ ਨਾ, ਆ ਨੋਰਮਲ ਆ। ਨਹੀਂ ਇਹ ਤਾਂ ਫਿਰ ਉਹ ਦੱਸੂਗਾ ਨਾ ਜੀ, ਮਿਸਤਰੀ ਦੱਸੇਗਾ ਇਸ ਚੀਜ਼ ਬਾਰੇ। ਨਹੀਂ ਤੁਹਾਨੂੰ ਨਹੀਂ ਪਤਾ ਹੈ। ਮੈਂ ਤਾਂ ਤੈਅ ਮਾਰਦਾ ਤੇ ਖੋਲਦਾ ਜੀ। ਤੁਹਾਨੂੰ ਬਰੀਕੀ ਦਾ ਨਹੀਂ ਪਤਾ? ਮੈਨੂੰ ਬਰੀਕੀ ਦਾ ਨਹੀਂ ਪਤਾ ਜੀ। ਅੱਛਾ, ਇਹ ਕੀ ਆ? ਇਹ ਜਿਹੜੇ ਦੋ ਬਟਨ ਲੱਗੇ ਹੁੰਦੇ ਆ, ਇਹ ਸਰ ਐਕਸਟਰਾ ਨੇ ਜੀ। ਜਿਵੇਂ ਕਿ ਖਰਾਬ ਹੋ ਜੇ ਤਾਂ ਤੁਸੀਂ ਇੱਥੋਂ ਲਾ ਸਕਦੇ ਹੋ ਦੂਸਰਾ। ਇੱਦਾਂ? ਹਾਂਜੀ। ਇਹ ਭਾਜੀ, ਹਾਂਜੀ, ਤੁਹਾਨੂੰ ਤਾਂ ਮਾੜਾ ਮੋਟਾ ਕੋਈ ਪਤਾ ਹੋਣਾ ਇਹ ਕਰ ਵਾਸਤੇ ਹੁੰਦਾ ਕਿ? ਮੈਂ ਤਾਂ ਆਪ ਲੈਣੇ ਇਹਨਾਂ ਦੱਸਣਾ। ਮੈਂ ਤਾਂ ਇਹ ਲੈਣ ਆਇਆ, ਇਹ ਤਾਂ ਲੈਣ ਆਇਆ, ਲੈਣ ਆਇਆ। ਹਾਂਜੀ ਹਾਂਜੀ, ਮੇਰੇ ਗਲ ਕੇ ਪਈ ਜਾਂਦੇ ਭਾਜੀ। ਭਾਜੀ ਇੱਧਰ ਕਰੇ ਮੂੰਹ। ਹਾਂ ਹਾਂਜੀ, ਐ ਲੱਗਦਾ ਜਿਵੇਂ ਲੈਂਟਰ ਚ ਸਰੀਆ ਬਾਹਰ ਆਇਆ ਹੁੰਦਾ। ਭਾਈ ਤੁਸੀਂ ਐ ਨਾ ਕਰੋ ਯਾਰ, ਤੁਸੀਂ ਲੈਣ ਆਏ ਹੋ ਪਰ ਤੁਸੀਂ ਗੇਰੋ ਨਾ। ਹਾਂਜੀ, ਅੱਛਾ ਹੋਰ ਦਿਖਾਓ ਭਾਜੀ। ਭਾਜੀ ਗ੍ਰੇ ਕਲਰ ਦਿਖਾਓ। ਆ ਜਿਹੜੇ ਭਾਈ ਜੀ ਨੇ ਕੱਢੇ ਨੇ ਇਹਦੇ ਚ ਦੇਖ ਲਓ। ਨਹੀਂ ਭਾਜੀ, ਗ੍ਰੇ ਕਲਰ ਦਿਖਾਓ, ਗ੍ਰੇ ਕਲਰ ਲੈਣਾ ਮੈਂ। ਆ ਦੇਖੋ, ਆ ਲੇਡੀਜ਼ ਜੀਨ ਹੈ ਜੀ। ਭਾਜੀ ਮੈਂ ਲੇਡੀਜ਼ ਲਵਾਂਗਾ, ਦੱਸੋ ਜੀ ਗੱਲਾਂ। ਆ ਤੂੰ ਦੱਸਿਆ ਨਹੀਂ ਨਾ ਮੈਨੂੰ ਫਿਰ। ਮੈਂ ਆਪਣੇ ਵਾਸਤੇ ਲੈਣੀ ਹੈ। ਅੱਛਾ ਅੱਛਾ, ਆਪਣੇ ਵਾਸਤੇ ਲੈਣੀ ਹੈ। ਦੇਖੋ ਭਾਜੀ, ਤੁਸੀਂ ਜੇਬ ਵੱਲ ਧਿਆਨ ਮਾਰੋ ਜ਼ਰਾ। ਨਹੀਂ ਭਾਜੀ, ਇਹ ਤਾਂ ਚੋਰ ਜੇਬ। ਸਾਰਾ ਕਿਵੇਂ ਕਹਿੰਦਾ ਮਤਲਬ, ਮੁੱਠੀ ਬੰਦ ਕਰ ਲਓ ਨਾ ਸਾਰਾ। ਇਹ ਚੌਲ ਪੈ ਸਕਦੇ ਆ ਜਿਵੇਂ ਕਹਿੰਦੇ ਨੇ, ਚੌਲ ਜੇਬ ਚ ਪਾ ਕੇ ਲੈ ਜਾਈਏ। ਨਹੀਂ ਵੈਸੇ ਤਾਂ ਰੁਮਾਲ ਪੈ ਜਾਂਦਾ ਜੀ, ਪੈਸੇ ਪੈ ਜਾਂਦੇ, ਚੌਲ ਅਸੀਂ ਪਾ ਕੇ। ਸ਼ਰਟ ਕਿੱਥੇ ਆ? ਸ਼ਰਟਸ ਕਿੱਥੇ? ਸ਼ਰਟ ਲਈ ਭਾਜੀ ਤੁਸੀਂ ਇੱਥੋਂ ਉਹ ਉੱਥੇ ਸਾਹਮਣੇ ਦੇਖੋ, ਉਹਨਾਂ ਨੂੰ ਪੁੱਛੋ ਜਾ ਕੇ ਪਲੀਜ਼। ਹਾਂ ਮੈਨੂੰ ਨਹੀਂ ਪਤਾ ਹੈਗਾ ਉਸ ਬਾਰੇ। ਅੱਛਾ ਭਾਜੀ, ਆਪਣੇ ਕੋਲ ਬ੍ਰਾਂਡ ਸਾਰੇ ਪਏ ਹੋਏ ਆ? ਬ੍ਰਾਂਡ ਸਾਰੇ ਪਏ ਆ ਸਰ, ਸਾਰੇ ਬ੍ਰਾਂਡ, ਸਾਰੇ ਹੀ ਬ੍ਰਾਂਡ ਸਾਡੇ ਕੋਲ। ਗੁੱਚੀ ਪਿਆ ਹੈ? ਗੁੱਚੀ ਗੁੱਚੀ ਤਾਂ ਫਿਲਹਾਲ ਨਹੀਂ ਹੋਣਾ। ਅਰਮਾਨੀ? ਅਰਮਾਨੀ ਵੀ ਮੈਨੂੰ ਲੱਗਦਾ ਨਹੀਂ ਸਰ, ਅਰਮਾਨੀ ਵੀ ਨਹੀਂ। ਅਰਮਾਨੀ ਹੈਗਾ। ਟੌਮੀ ਦਾ ਦਿਖਾ ਦਿਓ ਫਿਰ। ਟੌਮੀ ਉਹ ਮੈਂ ਇੱਕ ਵਾਰ ਮੈਂ ਦੇਖ ਲੈਂਦਾ। ਸਰ ਟੌਮੀ ਵੀ ਨਹੀਂ ਹੈਗਾ ਜੀ ਫਿਲਹਾਲ ਆਪਣੇ ਕੋਲ ਸਟਾਕ 'ਚ ਨਹੀਂ। ਨਹੀਂ ਫਿਰ ਤੁਹਾਡੇ ਕੋਲ ਹੈ ਕਿਹੜੇ ਆ? ਆਪਣੇ ਕੋਲ ਸਾਰੇ ਆ ਜੀ। ਸਾਰੇ ਕਰੇ ਤੁਹਾਨੂੰ ਸਾਰਿਆਂ ਦਾ ਪੁੱਛਿਆ, ਤੁਹਾਨੂੰ ਪਤਾ ਹੀ ਨਹੀਂ ਹੈਗਾ? ਨਹੀਂ ਤੁਸੀਂ ਬਾਕੀ ਦਾ ਤਾਂ ਪੁੱਛੇ ਨਹੀਂ ਨਾ ਹਲੇ। ਨਹੀਂ ਨਹੀਂ ਭਾਅ ਜੀ, ਇੱਦਾਂ ਨਹੀਂ ਹੁੰਦਾ। ਆਪਣੇ ਕੋਲ ਐਕਸ਼ਨ ਦੇ ਸ਼ੂਜ਼ ਹੈਗੇ ਜੀ। ਕਿਹਦੇ ਜੀ? ਐਕਸ਼ਨ ਦੇ ਸ਼ੂਜ਼। ਐਕਸ਼ਨ ਦੇ ਸ਼ੂਜ਼ ਉਹ ਹੁੰਦੇ ਨਾ ਬੱਚਿਆਂ ਦੇ, ਉਹ ਵੀ ਹੈਗੇ। ਤੁਸੀਂ ਤਾਂ ਬੜਾ ਵੱਡਾ ਲਿਖਿਆ ਜੀ, ਸਾਡੇ ਕੋਲ ਸਾਰੇ ਬ੍ਰਾਂਡ। ਨਹੀਂ ਬ੍ਰਾਂਡ ਸਾਰੇ ਆ ਜੀ, ਕਿਹੜਾ ਦੱਸੋ? ਦੱਸੋ ਤੁਸੀਂ। ਗੁੱਚੀ, ਅਰਮਾਨੀ ਹੈ ਉਹ ਫਿਲਹਾਲ ਸਟਾਕ 'ਚ ਨਹੀਂ, ਕੋਈ ਹੋਰ ਬੋਲੋ ਤੁਸੀਂ। ਨਹੀਂ ਤੁਸੀਂ, ਤੁਹਾਡੇ ਕੋਲ ਹੈ ਹੀ ਨਹੀਂ ਫਿਰ ਅਜੇ ਤੱਕ। ਕੋਈ ਹੋਰ ਦੇ ਸਕਦਾ? ਇਹ ਕਿੱਥੇ ਰਖਾਉਣੀ ਆ ਜੀ? ਇੱਥੇ ਰੱਖਦਾ ਜੀ ਪਿੱਛੇ। ਇਹ ਲੈ ਲਈ ਤੁਸੀਂ ਵੀਰੇ? ਹਾਂਜੀ ਹਾਂਜੀ। ਕਿਆ ਬਾਤ ਹੈ ਯਾਰ, ਨਹੀਂ ਫਿਰ ਇਹਨਾਂ ਦਾ ਕੁਝ ਲੱਭ ਭਾਈ, ਮੈਂ ਘੰਟਾ ਹੋ ਗਿਆ ਇੱਥੇ ਕਰੋ ਖਾ ਰਹੇ ਹੋ ਤੁਸੀਂ, ਗੱਡੀ 'ਚ ਰਖਾਓ ਨਾ ਇਹਨੂੰ। ਨਹੀਂ ਨਹੀਂ ਇੱਥੇ ਰੱਖ ਦੋ, ਮੈਂ ਬਾਈ ਕਰ ਲੂੰਗਾ ਇੱਥੇ ਰੱਖ ਲੂੰਗਾ। ਦੇਖੋ ਇਦਾਂ ਦੇ ਵੀ ਸਰ ਕਸਟਮਰ ਆਉਂਦੇ ਨੇ ਜੀ, ਸਾਰਾ ਕੁਝ ਦੇਖ ਕੇ ਫਿਰ ਕਹਿ ਦਿੰਦੇ ਜਿੱਥੋਂ ਚੱਕੇ ਉੱਥੇ ਰੱਖ ਦੋ। ਨਹੀਂ ਤੁਸੀਂ ਲੈਣਾ ਨਹੀਂ ਵੀਰੇ? ਨਹੀਂ ਲੈਣਾ ਤੁਸੀਂ ਲੈਣਾ ਭਾਜੀ, ਤੁਸੀਂ ਆਪਣਾ ਦੇਖੋ ਭਾਈ। ਮੈਂ ਤਾਂ ਤਾਂ ਹੀ ਚਲੋ ਵੀਰੇ, ਹੁੰਦਾ ਇਹ ਹੁੰਦਾ ਤਾਂ ਕੀ ਹੁੰਦਾ, ਝਾਂਡ ਦਾ ਮੁੰਡਾ ਜਦੋਂ ਮਿਲਦਾ ਫਿਰ ਇਹ ਹੁੰਦਾ ਥੋੜਾ ਜਿਹਾ ਲਿਹਾਜ਼ਦਾਰੀ ਹੋ ਜਾਂਦੀ, ਚੱਲ ਨਾਲ ਸਹਿਜ ਹੀ ਪੈ ਜਾਂਦੀ ਹੋਰ ਤਾਂ ਭਾਈ। ਤੁਸੀਂ ਚੈਕਿੰਗ ਕਰਾ ਦਿਓ ਜੋ ਜਾਣ ਲੱਗੇ ਨਾ, ਤੁਸੀਂ ਚੈਕਿੰਗ ਕਰਾ ਦਿਓ ਆਪਣੀ, ਕਹਿਣਾ ਪੈਂਦਾ ਸਰ। ਅੱਛਾ ਜਿਹੜਾ ਉਹ ਲੱਗਾ ਹੁੰਦਾ ਥੱਲੇ ਆ ਜਿਹੜਾ ਬਾਰਕੋਡ ਜਿਹਾ ਟੀ ਜਦੋਂ ਚੈੱਕ ਕਰਦਾ, ਲੱਗਾ ਹੁੰਦਾ ਤੁਹਾਡੇ? ਨਹੀਂ ਬਿਲਕੁਲ ਸਰ, ਸਾਡੇ ਕੋਲ ਨਹੀਂ ਲੱਗਿਆ ਹੁੰਦਾ। ਮਤਲਬ ਦਾ ਲੱਗ ਸਕਦਾ ਤੁਹਾਡਾ? ਲੱਗਦਾ ਹੋਣਾ। ਨਹੀਂ ਅਸੀਂ ਉਹਨਾਂ ਨੂੰ ਕਿਹਾ ਨਾ ਹੁਣੀ ਵੀ ਮਤਲਬ ਚੈਕਿੰਗ, ਸਾਡੇ ਕੋਲ ਚੈਕਿੰਗ ਵਾਸਤੇ ਬੰਦਾ, ਚੈਕਿੰਗ ਵਾਸਤੇ ਬੰਦਾ, ਠੀਕ ਹੈ। ਅੱਛਾ ਜਿਵੇਂ ਕਹਿਣ ਦਾ, ਇੱਕ ਵਾਰ ਮੈਂ ਹੀ ਗਲਤੀ ਨਾਲ ਪਾ ਗਿਆ ਸੀਗਾ, ਮੈਂ ਬਸ ਟਰਾਈ ਕਰ ਰਿਹਾ ਸੀ ਤੇ ਮੈਂ ਭਾਜੀ ਨੇ ਮੈਨੂੰ ਸਾਰੀ ਰਾਤ ਜਾਣ ਨਹੀਂ ਦਿੱਤਾ ਤੁਹਾਨੂੰ ਜਾਣ। ਹਾਲਾਂਕਿ ਮੈਂ ਇੱਥੇ ਕੰਮ ਕਰਦਾ। ਤੁਸੀਂ ਕੰਮ ਕਰਦੇ ਹੋ? ਅੱਛਾ ਨਹੀਂ ਫਿਰ ਤੁਸੀਂ ਕੀ ਕਹਿਦਾ ਹੋਣਾ ਕਿ ਗਲਤੀ ਨਾਲ ਲੱਗ ਗਿਆ, ਗਲਤੀ ਨਾਲ ਪੈਂਟ ਮੇਰੀ ਉੱਤੇ ਪੈ ਗਈ, ਪੈਂਟ ਦੇ ਉੱਤੇ ਪੈਂਟ? ਨਹੀਂ ਕੋਸ਼ਿਸ਼ ਤਾਂ ਕੀਤੀ ਸੀ ਭਾਜੀ, ਔਨ ਦਾ ਸਪੋਟ ਕੋਈ ਬਹਾਨਾ ਹੀ ਨਹੀਂ ਚੀਤਿਆ, ਇਸ ਕਰਕੇ ਸਾਰੀ ਰਾਤ ਬੈਠਣਾ ਪੈ ਗਿਆ। ਅੱਛਾ ਪੈਂਟ ਦੇ ਉੱਤੇ ਪੈਂਟ ਪਾ ਲਈ? ਪੈਂਟ ਦੇ ਉੱਤੇ ਪੈਂਟ ਪੈ ਗਈ ਸੀ। ਗਲਤੀ ਹੋ ਜਾਂਦੀ ਹੈ, ਇਨਸਾਨ ਇਨਸਾਨ ਬੰਦਾ ਠੰਡ ਸੀਗੀ ਨਾ। ਅੱਛਾ ਭਾਜੀ ਮੈਂ ਹੁਣ
ਤੁਸੀਂ ਮੈਨੂੰ ਐਦਾਂ ਕਰੋ ਤੁਸੀਂ ਬ੍ਰਾਂਡ ਦੱਸੋ ਕਿਹੜਾ ਲੈਣਾ ਤੁਸੀਂ ਭਾਜੀ ਮੈਨੂੰ ਦੂਜਾ ਦਿਖਾ ਦਿਓ ਕੋਈ ਬ੍ਰਾਂਡ ਨੇ ਵਰਸਾਚੇ ਵਰਸਾਚੇ ਕੀ ਬਾਤ ਲੱਗ ਹੀ ਰਿਹਾ ਸੀ ਭਾਜੀ ਥੋੜੀ ਮਤਲਬ ਕੀ ਤੁਸੀਂ ਅਰਮਾਨੀ ਅੜੋ ਵਰਸਾਚੇ ਦਿਖਾਵਾਂ ਤੁਹਾਨੂੰ ਇੱਕ ਮਿੰਟ ਲੋ ਬੈਡ ਲੱਕ ਕੀ ਹੋਇਆ ਭਾਜੀ ਸਰ ਵਰਸਾਚੇ ਵੀ ਨਹੀਂ ਹੈਗਾ ਆਪਣੇ ਕੋਲ ਸਟਾਕ ਫਿਲਹਾਲ ਜੀ ਸਟਾਰ ਦੀ ਪੈਂਟ ਹੈਗੀ ਜੀ ਸਟਾਰ ਦੀ ਜੀ ਸਟਾਰ ਦੀ ਇਹ ਸ਼ਰ ਮੈਨੂੰ ਇੱਕ ਵਾਰ ਇਨਵੈਂਟਰੀ 'ਚ ਦੇਖਣਾ ਪੈਣਾ ਜੀ ਸਟਾਰ ਬ੍ਰਾਂਡ ਹੈ ਕੋਈ ਹਾਂਜੀ ਭਾਜੀ ਜੀ ਸਟਾਰ ਤੁਹਾਨੂੰ ਪਤਾ ਨਹੀਂ ਬ੍ਰਾਂਡਾਂ ਦਾ ਨਹੀਂ ਪਤਾ ਪਹਿਲਾਂ ਸਰ ਐਕਚੁਲੀ ਨਾ ਮੈਂ ਟੇਲਰ ਸੀਗਾ ਤੇ ਟੇਲਰ ਵਜੋਂ ਮੈਂ ਪਜਾਮੇ ਸੀਂਦਾ ਰਿਹਾ ਜੀ ਪਜਾਮੇ ਸੀਂਦੇ ਤੇ ਉਹ ਹੌਲੀ ਹੌਲੀ ਮਤਲਬ ਹੱਥ ਪਊਗਾ ਜੀ ਮੈਨੂੰ ਇਹ ਨਹੀਂ ਲੱਗਦਾ ਮੈਨੂੰ ਖੱਫਣ ਵਾਲੇ ਤੁਸੀਂ ਟੇਲਰ ਲੱਗਦੇ ਜਿਹੜੇ ਖੱਫਣ ਨਹੀਂ ਸੀਂਦੇ ਭਾਈ ਤੁਸੀਂ ਮਤਲਬ ਤੁਸੀਂ ਹੈ ਕੋਈ ਬ੍ਰਾਂਡ ਬਰੂੰਡ ਤੁਹਾਡੇ ਕੋਲ ਹੈਗਾ ਕਿ ਜਾਂ ਮੈਂ ਸਾਡੇ ਕੋਲ ਸਾਰੇ ਆ ਜੀ ਕਿਹੜਾ ਜੀ ਤੁਸੀਂ ਨਾ ਹੈਗਾ ਗੁੱਚੀ ਅਰਮਾਨੀ ਗੈਸ ਹੈਗਾ ਗੈਸ ਗੈਸ ਹੀ ਦਿਖਾ ਦਿਓ ਆਪਣੇ ਕੋਲ ਭਾਜੀ ਸ਼ਰਟਾਂ 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 ਆ ਬ੍ਰਦਰ ਮੇਰੇ ਕਰਵਾ ਦੇ ਪਲੀਜ਼ ਮੈਂ ਕਰਵਾਉਣਾ ਜੀ ਮੈਂ ਕਰਵਾਉਣਾ ਸਰ ਤੁਸੀਂ ਚਲੋ ਆ ਗਿਆ ਜੀ 5 ਮਿੰਟ ਚ ਬਸ ਭਾਜੀ ਆਪਾਂ ਸ਼ਰਟ ਸ਼ਰਟ ਨਾ ਦੇਖ ਲਈਏ ਹਾਂਜੀ ਹਾਂਜੀ ਆ ਜਾਓ ਪਲੀਜ਼ ਹਾਂ ਉਹ ਤੁਸੀਂ ਕਮਾਲ ਹੀ ਹੋਗੀ ਮੈਂ ਤਾਂ ਹੈਰਾਨ ਆ ਸਾਡੇ ਦੇ ਤਾਂ ਭਗਵਾਨ ਹੈ ਜੀ ਗਾਹਕ ਕੀ ਹੁੰਦਾ ਗਾਹਕ ਤਾਂ ਮੈਨੂੰ ਹੁਣ ਪਤਾ ਨਹੀਂ ਨਾ ਗਾਹਕ ਤੁਹਾਨੂੰ ਪਤਾ ਗਾਹਕ ਕੀ ਹੁੰਦਾ ਗਾਹਕ ਤਾਂ ਜੀ ਦੇਖੋ ਪਰਮਾਤਮਾ ਦਾ ਰੂਪ ਹੈ ਜੀ ਪਰਮਾਤਮਾ ਦਾ ਰੂਪ ਤੁਸੀਂ ਸ਼ਰਟ ਦਿਖਾ ਦਿਓ ਤੁਸੀਂ ਗੱਲਾਂ ਨਾ ਮਾਰੋ ਤੁਸੀਂ ਉਹ ਹਾਂ ਮੈਨੂੰ ਬੜਾ ਗੱਲਾਂ ਦਾ ਬੜਾ ਹਾਂ ਭਾਜੀ ਚਾਹ ਪੀਓਗੇ ਤੁਸੀਂ ਚਾਹ ਪੀਓਗੇ ਚਾਹ ਪੀਾਂਗੇ ਦੋ ਕੱਪ ਚਾਹ ਹੋਇਆ ਛੋਟੇ ਵੀਰ ਸਾਰੇ ਕਸਟਮਰ ਨੇ ਜੀ ਬ੍ਰਦਰ ਰਹਿਣ ਦਿਓ ਆਹ ਦੇਖ ਲਓ ਤੁਸੀਂ ਦੱਸ ਕੀ ਹੋ ਗਿਆ ਬਾਈ ਜੀ ਕੀ ਗੱਲ ਕੀ ਹੋ ਗਈ ਕਮਾਲ ਹੋ ਗਈ ਲੈ ਦੱਸ ਤੁਸੀਂ ਦੇਖ ਤਾਂ ਲਓ ਚਾਹ ਮੈਂ ਕਦੋਂ ਕਹਿ ਰਿਹਾ ਤੁਹਾਨੂੰ ਚਾਹ ਦਾ ਜਿੰਨਾ ਮੈਂ ਇੱਥੇ ਘੁੰਮਿਆ ਨਾ ਮੈਨੂੰ ਲੱਗਦਾ ਕਿ ਤੁਹਾਡਾ ਹੀ ਬੰਦਾ ਉਹ ਨਹੀਂ ਨਹੀਂ ਉਹ ਨਹੀਂ ਗੱਲ ਹੁੰਦੀ ਸਰ ਦੇਖੋ ਲੈ ਦੱਸ ਕਮਾਲ ਹੋ ਗਈ ਇੱਕ ਤਸਵੀਰ ਦੀ ਬੋਣੀ ਹੋਈ ਸੀ ਤੁਸੀਂ ਉਹ ਵੀ ਦੱਸ ਹੁਣ ਗਾਲਾ ਪਾਉਂਗੇ ਮੇਰੇ ਤੁਸੀਂ ਨਹੀਂ ਭਾਜੀ ਕੋਈ ਗੱਲ ਨਹੀਂ ਮੈਂ ਲੈ ਜਾਣੀ ਤੁਹਾਡੇ ਤੋਂ ਪਤਾ ਕਿੰਨਾ ਤੁਸੀਂ ਆ ਵੀ ਲੈ ਕੇ ਜਾਓਗੇ ਭਾਜੀ ਮੈਂ ਕਿਉਂ ਲੈ ਕੇ ਜਾਵਾਂਗਾ ਨਹੀਂ ਕਿਉਂ ਨਹੀਂ ਲੈ ਕੇ ਜਾਓਗੇ ਤੁਸੀਂ ਨਹੀਂ ਮੈਂ ਕਿਉਂ ਲੈ ਕੇ ਜਾਵਾਂਗਾ ਤੁਸੀਂ ਕਿਉਂ ਨਹੀਂ ਲੈ ਕੇ ਜਾਓਗੇ ਤੁਸੀਂ ਬੰਦਾ ਭਜਾ ਦਾ ਮੇਰਾ ਦੱਸ ਚਲੋ ਠੀਕ ਹੈ ਫਿਰ ਮੈਂ ਚੱਲਦਾ ਠੀਕ ਠੂਕ ਨਹੀਂ ਆ ਵੀ ਲੈ ਕੇ ਜਾਓ ਆ ਦੇਖੋ ਤੁਸੀਂ ਨਹੀਂ ਭਾਜੀ ਐਲ ਸਾਈਜ਼ ਆਉਣਾ ਮੇਰੇ ਕੋਈ ਗੱਲ ਨਹੀਂ ਤੁਸੀਂ ਪਾਓ ਐਮ ਵੀ ਪਾਓ ਤੁਸੀਂ ਚੱਕੋ ਭਾਜੀ ਐਮ ਸਾਈਜ਼ ਨਹੀਂ ਐਲ ਆਉਣਾ ਮੈਂ ਤੁਹਾਨੂੰ ਦਿਖਾਉਣਾ ਹੁਣ ਸਾਰੇ ਬ੍ਰਾਂਡ ਦਿਖਾਉਣਾ ਤੁਸੀਂ ਪੜੀ ਚੱਲੋ ਨਾਲ ਨਾਲ ਇਹ ਕੀ ਲਿਖਿਆ ਹੋਇਆ ਪੜੋ ਆਹ ਕਿਹੜਾ ਹੈ ਬਰੁਕਸ ਬ੍ਰਦਰ ਹਾਂ ਤੇ ਆ ਆ ਕਿਹੜਾ ਹੈ ਭਾਜੀ ਸਾਰੇ ਆਰ ਐਲ ਦੀਆਂ ਬਸ ਫਿਰ ਆ ਸਾਰੇ ਹੈਗੇ ਨਹੀਂ ਭਾਜੀ ਮੈਨੂੰ ਨਹੀਂ ਨਹੀਂ ਤੁਸੀਂ ਆ ਵੀ ਵੇਖੋ ਇੱਕ ਮਿੰਟ ਨਹੀਂ ਭਾਜੀ ਤੁਸੀਂ ਤਾਂ ਸਿਰੇ ਚੜ ਕੇ ਦੱਸ ਲੈ ਕਮਾਲ ਹੈ ਮੈਂ ਤੁਹਾਨੂੰ ਕਹਿੰਦਾ ਭਗਵਾਨ ਹੈ ਤਾਂ ਮਤਲਬ ਤੁਸੀਂ ਕੁਝ ਵੀ ਕਰੋਗੇ ਤੁਸੀਂ ਵੇਚਣੀ ਹੈ ਕਿ ਨਹੀਂ ਵੇਚਣੀ ਮੈਂ ਜਾਵਾਂ ਫਿਰ ਥੋੜਾ ਨਾ ਬੀਬੀ ਵੱਜ ਜਾਂਦਾ ਹੁਣ ਸਰ ਮੇਰਾ ਕੋਈ ਨਹੀਂ ਮੈਂ ਚਾਹ ਮੰਗਾ ਰਿਹਾ ਜੀ ਆ ਦੇਖੋ ਸਰ ਤੁਸੀਂ ਚਾਹ ਤਾਂ ਮੰਗਾਓ ਕਹਿ ਤਾਂ ਦੋ ਕੱਪ ਬਾਜੀ ਆ ਜਾਂਦੀ ਹੈ ਦੋ ਕੱਪ ਛੋਟੇ ਵੀਰ ਮਾੜਾ ਜਾ ਤੁਸੀਂ ਬਿੱਲ ਕਰਾਓ ਸਰ ਨਾਲ ਦੀ ਨਾਲ ਚਾਹ ਤੁਸੀਂ ਟੈਨਸ਼ਨ ਨਾ ਲਓ ਚਾਹ ਅੱਛਾ ਸਾਡੇ ਹੱਥਾਂ ਆਉਂਦੀ ਹੈ ਜੀ ਪਰ ਵੈਸੇ ਮੈਨੂੰ ਕਦੀ ਮਿਲੀ ਨਹੀਂ ਅਜੇ ਤੱਕ ਤੁਸੀਂ ਫਿਰ ਬਿੱਲ ਕਰਾਇਆ ਨਹੀਂ ਹੋਣਾ ਨਾ ਮੈਂ ਬਿੱਲ ਕਰਾ ਦੇਣਾ ਕਈ ਵਾਰ ਕਰਾਇਆ ਅੱਛਾ ਮੇਰਾ ਉਹ ਆ ਨੇ ਅੱਜ ਕੱਲ ਸਰਕਾਰ ਨੇ ਕਿਹਾ ਨਹੀਂ ਜ਼ੀਰੋ ਬਿੱਲ ਆ ਰਿਹਾ ਅੱਛਾ ਮੈਂ ਜ਼ੀਰੋ ਕਰਾਇਆ ਬਹੁਤ ਵਾਰ ਕੀ ਬਾਤ ਹੈ ਸਰ ਕੀ ਬਾਤ ਹੈ ਜੀ ਨਹੀਂ ਇਸੇ ਗੱਲ ਤੇ ਤੁਹਾਨੂੰ ਡਿਸਕਾਊਂਟ ਜਿਹੜਾ ਆਇਆ ਨਾ ਨੈਕਸਟ ਟਾਈਮ ਤੁਸੀਂ ਆਓਗੇ ਤੁਹਾਨੂੰ ਡਿਸਕਾਊਂਟ ਦਊਗਾ ਥੈਂਕ ਯੂ ਜੀ ਥੈਂਕ ਯੂ ਪਰ ਤੁਸੀਂ ਸ਼ਰਟ ਨਾ ਤੁਸੀਂ ਸੁਪਰ ਡਰਾਈ ਦੀ ਦਿਖਾਓ ਆ ਦਿਖਾਓ ਆ ਅੱਜ ਫੌਜੀ ਵਾਲੀ ਫੌਜੀ ਵਾਲੀ ਭਾਜੀ ਕੋਈ ਉੱਪਰੋਂ ਦੇਖ ਲੈਂਦੇ ਮੈਂ ਥੱਲੋਂ ਕੱਢਣੀ ਪੈਣੀ ਨਹੀਂ ਭਾਜੀ ਨੂੰ ਮਾੜਾ ਮੋਟਾ ਤੇ ਕਰੋ ਚਲੋ ਹੈ ਜੀ ਚਲੋ ਮੈਂ ਕੱਢ ਲੈਣਾ ਜੀ ਪਲੀਜ਼ ਦਿਖਾਓ ਮੈਂ ਕਹਿੰਦਾ ਔਖਾ ਹੀ ਹੈ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਸਰ ਜਿਹੜਾ ਗਾਹਕ ਹੈ ਨਾ ਗਾਹਕ ਬੜਾ ਹੀ ਖੋਲ ਕੇ ਦਿਖਾਓ ਖੋਲ ਕੇ ਦਿਖਾਓ ਭਾਜੀ ਖੋਲ ਸਰ ਬਾਅਦ 'ਚ ਤੈਂ ਮੈਂ ਮਾਰਨੀ ਪੈਂਦੀ ਮੈਂ ਕਹਿੰਦਾ ਐਵੇਂ ਵੇਖ ਲਓ ਨਹੀਂ ਨਹੀਂ ਆ ਆਹ ਚੀਜ਼ ਸੀ ਆਹ ਦਾ ਭਾਲਦਾ ਸੀ ਮੈਂ ਕੀ ਰੇਟ ਕੀ ਭਾਜੀ ਰੇਟ ਕੀ ਹੈ ਤਾਂ ਦੱਸਿਓ ਮਾੜਾ ਰੇਟ ਸਰ ਇਹ ਤਾਂ ਲਿਖਿਆ ਹੋਇਆ ਜੀ ਹਾਂ 3500 ਮਤਲਬ ਲਓ ਪੈਕ ਕਰ ਦਿਓ ਜੀ ਪੈਕ ਕਰੋ ਪੈਕ ਸ਼ੁਕਰ ਆ ਤੁਹਾਨੂੰ ਕੋਈ ਚੀਜ਼ ਪਸੰਦ ਆਈ ਹੈ ਨਹੀਂ ਭਾਜੀ ਰੇਟ ਦੱਸ ਮਾੜਾ ਕਰੋ ਮਾੜਾ ਮੋਟਾ ਕਿੰਨਾ ਦੱਸਿਆ ਤੁਸੀਂ ਸਰ ਬਿਲਕੁਲ ਜੈਨੂਨ 3500 ਰੁਪਇਆ 3500 4500 ਵਾਲੀ ਦਿਖਾਓ ਭਾਜੀ 4500 ਕੋਈ ਗੱਲ ਨਹੀਂ ਸਰ ਤੁਸੀਂ 3100 ਦੇ ਦਿਓ 4500 ਵਾਲੀ ਭਾਜੀ ਕੋਈ 4500 ਵਾਲੀ ਦਿਖਾ ਦਿਓ ਨਾ ਕੋਈ ਠੀਕ ਠਾਕ ਦੀ ਹੈ ਨਿਗਾਲੀ ਐਣਕਾ ਭਾਜੀ ਹੈ ਦੂਜੀ ਨਹੀਂ ਹੈਗੀ ਫੁਕਰੇ ਵਾਲੀ ਨਹੀਂ ਹੈਗੀ ਸਰ ਤੁਸੀਂ ਇੱਦਾਂ ਜਾਓਗੇ ਜਾਂ ਮੈਂ ਤੁਹਾਨੂੰ ਮਤਲਬ
ਤੁਸੀਂ ਜਾ ਸਕਦੇ ਹੋ ਜੀ ਨਹੀਂ ਆ ਨੀਚੇ ਨਾ ਭੋਜਨਾਲਾ ਹੈ ਤੁਸੀਂ ਉੱਥੇ ਜਾ ਕੇ ਨਾ ਰੋਟੀ ਖਾਓ ਕਿੱਦਾਂ ਹਾਂ ਥੋੜਾ ਜਿਹਾ ਦਿਮਾਗ ਥੋੜਾ ਠੀਕ ਹੋ ਗਈ ਕੀ ਗੱਲ ਹੋ ਗਈ ਉਹ ਵੀ ਚਲਾ ਗਿਆ ਖਾਲੀ ਹੱਥ ਕੀ ਚੱਕਰ ਨਹੀਂ ਭਾਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਮਤਲਬ ਇੱਥੇ ਕੀ ਦੱਸ ਲੈ ਇਹ ਸਰਕਸ ਹੋ ਰਹੀ ਹੈ ਕੋਈ ਨਹੀਂ ਕੀ ਮਤਲਬ ਕੀ ਮੰਗਿਆ ਕੀ ਸੀ ਉਹਨੇ ਮੰਗਿਆ ਸੀ ਭਾਜੀ ਮੈਨੂੰ ਕਹਿੰਦਾ ਬ੍ਰਾਂਡ ਦਿਓ ਜੀ ਤੇ ਫਿਰ ਬ੍ਰਾਂਡ ਆਪਣੇ ਕੋਲ ਸਾਰੇ ਹੈਗੇ ਤੇ ਮੈਨੂੰ ਭਾਜੀ ਆਨ ਦਾ ਸਪੋਟ ਦਾ ਨਾਂ ਨਹੀਂ ਚੇਤੇ ਆਇਆ ਉਹ ਕਹਿੰਦਾ ਵਸਾਚੇ ਉਹ ਬਾਅਦ ਚ ਮੈਂ ਦੇਖਿਆ ਹੈਗਾ ਸੀਗਾ ਤੇ ਭਾਈ ਸਾਹਿਬ ਸਾਡੇ ਕੋਲ ਸਾਰੇ ਹੈਗੇ ਆ ਤੁਸੀਂ ਅੱਧਾ ਗਾਹਕ ਭਜਾਓਗੇ ਤੇ ਕਿੱਦਾਂ ਪਹਿਲੇ ਵਾਲਾ ਗਾਹਕ ਵੀ ਅੱਧੇ ਚਲਾ ਗਿਆ ਭਾਜੀ ਦੱਸੋ ਇਹਦੇ ਚ ਹੁਣ ਮੇਰੀ ਕੀ ਗਲਤੀ ਦੱਸੋ ਭਾਈ ਸਾਹਿਬ ਤੁਸੀਂ ਵੀ ਤੁਰੋ ਤੁਹਾਡੀ ਕੀ ਲੋੜ ਆ ਮੈਨੂੰ ਠੀਕ ਹੈ ਜੀ ਜੇ ਸਾਨੂੰ ਘਰੇ ਵੀ ਲੋੜ ਨਹੀਂ ਸਾਡੀ ਇੱਥੇ ਵੀ ਲੋੜ ਨਹੀਂ ਠੀਕ ਹੈ ਜੀ ਅਸੀਂ ਚੱਲੇ ਆ ਤੈਹਾਂ ਦੋ ਰਹਿੰਦੀਆਂ ਲਾ ਲਿਓ ਠੀਕ ਹੈ ਚੱਲਣਾ ਹੈ ਚੱਲੇ ਆ ਜੀ ਹੁਣ ਅਸੀਂ ਆਪਣਾ ਹਿਸਾਬ ਤੇ ਕਰਾ ਜਾ ਓ ਸ਼ੁਕਰ ਹੈ ਤੁਸੀਂ ਤਨਖਾਹ ਦਾ ਨਾਂ ਲਿਆ ਹੈਂ ਇਹ ਕਿਰਾਇਆ ਦਿੱਤਾ ਤਨਖਾਹ ਤੇ ਤੇਰੀ ਕੁਛ ਵੀ ਨਹੀਂ ਨਿਕਲਦੀ ਇਹ ਵੀ ਚਲੋ ਰੱਖ ਲੈਂਦੇ ਹਾਂ ਠੀਕ ਹੈ ਥੈਂਕ ਯੂ ਜੀ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਅਤੇ ਅੱਜ ਅਸੀਂ ਆਏ ਸੀਗੇ ਓਨਲੀ ਬ੍ਰਾਂਡ ਸਟੋਰ ਦੇ ਵਿੱਚ ਕਿਹੜਾ ਵੀ ਬ੍ਰਾਂਡ ਤੁਹਾਨੂੰ ਚਾਹੀਦਾ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਕਿਉਂ ਜੀ ਅਵੇਲੇਬਲ ਆ ਸਾਰਾ ਬਿਲਕੁਲ ਜੀ ਸਾਰਾ ਕੁਛ ਹੈ ਸਾਰਾ ਕੁਛ ਅਵੇਲੇਬਲ ਹੈ ਅਤੇ ਮਾਲ ਰੋਡ ਦੇ ਉੱਤੇ AU ਬੈਂਕ ਦੇ ਅਬਵ ਜਿਹੜੀ ਇਹ ਦੁਕਾਨ ਫਸਟ ਫਲੋਰ ਦੇ ਉੱਤੇ ਸਟੋਰ ਸਾਡਾ ਬਹੁਤ ਸੋਹਣਾ ਤੁਸੀਂ ਇੱਕ ਵਾਰ ਨਿਗਾਹ ਮਾਰ ਲਓ ਦੇਖਿਓ ਜੀ ਕੀ ਬਾਤ ਹੈ ਇਹ ਸਾਡਾ ਸਟੋਰ ਹੈ ਜੀ ਸਟੋਰ ਦੇ ਵਿੱਚ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਜਿਸ ਤਰ੍ਹਾਂ ਕਿ ਸ਼ੂਜ਼ ਤੋਂ ਲੈ ਕੇ ਜੈਕਟਸ ਜਿਵੇਂ ਕਿ ਹੁਣ ਵਿੰਟਰ ਆ ਰਿਹਾ ਜੀ ਸਰਦੀਆਂ ਆ ਰਹੀਆਂ ਨੇ ਤਾਂ ਤੁਹਾਨੂੰ ਲੋੜ ਆ ਆ ਕੇ ਵੇਖੋ ਬੀਬੀਆਂ ਦੇ ਪਰਸ ਵੀ ਹੈਗੇ ਨੇ ਔਰ ਲਗਜ਼ਰੀ ਬ੍ਰਾਂਡਸ ਕਿਉਂ ਜੀ ਬਿਲਕੁਲ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਫਿਰ ਮਿਲਦੇ ਹਾਂ ਜੀ ਫਿਰ ਦੁਬਾਰਾ ਇਨਵਾਈਟ ਕਰੋ ਫਿਰ ਆਵਾਂਗੇ ਅਸੀਂ ਓਕੇ ਸਰ ਬਾਏ ਬਾਏ ਕਰ ਦਿਓ ਜੀ ਸਾਰਿਆਂ ਨੂੰ ਓਕੇ ਜੀ